ਖਡੂਰ ਸਾਹਿਬ ਨੂੰ ਜਾਣ ਬੁੱਝ ਕੇ ਚਰਚਾ ਦਾ ਵਿਸ਼ਾ ਬਣਾਇਆ ਹੋਇਆ। ਕੀ ਅੰਮ੍ਰਿਤਪਾਲ ਤੋਂ ਪਹਿਲਾਂ ਅੰਮ੍ਰਿਤ ਨਹੀਂ ਛਕਾਏ ਜਾਂਦੇ? ਵਹੀਰ ਨਹੀਂ ਸੀ ਨਿਕਲਦੀ, ਨਿਸ਼ਾਨ ਸਾਹਿਬ ਨਹੀਂ ਸੀ ਝੁਲਦੇ, ਕਿਰਪਾਨਾਂ ਹੱਥਾਂ 'ਚ ਨਹੀਂ ਸਨ। ਨਸ਼ਾ ਛਡਾਊ ਕੇਂਦਰ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਚੱਲ ਰਹੇ। ਵੱਖਰਾ ਕੀ ਹੋ ਗਿਆ ਕਿ ਤੁਸੀਂ ਹਊਆ ਬਣਾ ਕੇ ਅਤੇ ਪੰਜਾਬ ਦਾ ਮਾਹੌਲ ਵਿਗਾੜ ਕੇ ਨੌਜਵਾਨੀ ਨੂੰ ਪ੍ਰਵਾਸੀ ਅਤੇ ਅੱਤਵਾਦੀ ਅਤੇ ਖਾਲਿਸਤਾਨੀ ਬਣਾ ਕੇ ਜੇਲ੍ਹਾਂ 'ਚ ਤੁੰਨਿਆ, ਅਤੇ ਅੱਜ ਤੁਸੀਂ ਮੁੜ ਹਊਆ ਬਣਾ ਰਹੇ ਹੋ ਇੱਕ ਸੀਟ ਨੂੰ, ਬਾਕੀ ਸੀਟਾਂ ਪੰਥਕ ਨਹੀਂ? ਇੱਥੇ ਕੈਪਟਨ ਸਰਕਾਰ ਪੋਥੀ ਫੜ ਕੇ ਝੂਠ ਬੋਲ ਗਈ, ਅਸੀਂ ਇਨਸਾਫ ਕਰਾਂਗੇ। ਇੱਥੇ ਆ ਕੇ ਚੰਨੀ ਚਲੇ ਗਏ, ਇੱਥੇ ਆ ਕੇ ਭਗਵੰਤ ਮਾਨ ਹੋਣਾ ਦੀ ਸਰਕਾਰ ਆਪਾਂ ਸਾਰਿਆਂ ਨੇ, ਤੁਸੀਂ ਵੀ ਨਾਲ ਹੋ, ਮੈਂ ਵੀ ਨਾਲ, ਆਪਾਂ ਸਾਰੇ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ। ਇਹਨਾਂ ਨੇ ਵੀ ਸਾਡੇ ਨਾਲ ਜੱਗੋਂ ਤੇਰ੍ਹਵੀਂ ਕਰ ਦਿੱਤੀ। ਪ੍ਰਸ਼ਾਸਨ ਨੇ ਉਲਟਾ ਚੋਰਾਂ ਦਾ ਸਾਥ ਦਿੱਤਾ, ਅਦਾਲਤਾਂ ਨੇ ਤਰੀਕਾਂ ਦਿੱਤੀਆਂ। ਇਹ ਸਭ ਕਾਹੇ ਨੂੰ ਲੈ ਕੇ ਸਾਡੀ ਮਜਬੂਰੀ ਬਣ ਗਈ ਹੈ ਕਿ ਉਹਨਾਂ ਲੋਕ ਸਭਾ ਵਿੱਚ, ਲੋਕਾਂ ਦੀ ਕਚਹਿਰੀ 'ਚ ਜਾਇਆ ਜਾਏ ਤਾਂ ਕਿ ਲੋਕ ਫੈਸਲਾ ਕਰਨ। ਭ੍ਰਿਸ਼ਟ ਲੀਡਰ ਅਤੇ ਭ੍ਰਿਸ਼ਟ ਸਿਸਟਮ ਸਾਨੂੰ ਪ੍ਰਵਾਨ ਨੇ, ਚਾਹੀਦਾ ਨਹੀਂ ਸੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਲੜਾਈ ਲੜੀ ਜਾਂਦੀ? ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੋਸ਼ੀਆਂ ਦੀ ਪੁਸ਼ਤ ਪਨਾਈ ਕਰਕੇ ਸਾਨੂੰ ਦਰਬਾਰ ਸਾਹਿਬ 'ਚੋਂ ਬਾਹਰ ਕੱਢਿਆ। ਉਸ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਜਿਹੜਾ ਲਾਣਾ ਹੈ, ਤੁਹਾਨੂੰ ਲੱਗਦਾ ਹੈ ਉਹ ਸਾਡੇ ਵਰਗਿਆਂ ਨੂੰ ਉੱਥੇ ਵਿੱਚ ਰਹਿ ਕੇ ਗੱਲ ਕਰਨ ਦਿਓ? ਜਿਹੜਾ ਬੋਲਦਾ ਹੈ ਜਾਂ ਕੋਈ ਵੱਖਰੀ ਗੱਲ ਕਰਦਾ ਬਾਹਰ ਕਰ ਦਿੱਤਾ ਜਾਂਦਾ? ਉਹਨੂੰ ਬਾਹਰ ਕਰ ਦਿੱਤਾ ਜਾਂਦਾ, ਜਿਹੜਾ ਜਿੱਡਾ ਵੱਡਾ ਚੋਰ ਹੋਊ ਉਹਨੂੰ ਉੱਡਾ ਵੱਡਾ ਅਹੁਦਾ ਦਿੱਤਾ ਜਾਂਦਾ। ਹੁਣ ਕਾਣੇ ਇਹ ਨੇ ਅਤੇ ਦੋਸ਼ ਦੂਜੇ ਨੂੰ ਦਿਓ, ਇਹ ਤਾਂ ਕੋਈ ਗੱਲ ਬਣਦੀ ਨਹੀਂ। ਆਪਣੀ ਪੋਲੀਟਿਕਸ ਚਲਾਉਂਦਾ ਹੈ ਸਿੱਖ ਜਾਂ ਪੰਥ ਨੂੰ ਸਾਹਮਣੇ ਰੱਖ ਕੇ, ਉਦੋਂ ਇੱਕ ਸਵਾਲ ਉੱਠਦਾ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕਰਲਾਉਣ ਲੱਗ ਜਾਂਦੇ ਆ, ਨਹੀਂ ਤੁਸੀਂ ਠੇਕਾ ਲਿਆ ਹੋਇਆ ਵਾ, ਤੁਸੀਂ ਪੰਥਕ ਕਿਹੜੇ ਪਾਸਿਓਂ? ਤੁਹਾਡੇ ਹੀ ਬੰਦੇ ਤੁਹਾਡੇ 'ਚੋਂ ਨਿਕਲ ਕੇ ਤੁਹਾਨੂੰ ਹੀ ਕਹਿ ਰਹੇ ਆ ਵੀ ਕਾਂ ਦੇ ਸਿਰ ਜਿੰਨੀ ਤਿੰਨ ਤਿੰਨ ਵਾਰੀ ਇਹ ਫੀਮ ਖਾਂਦੇ ਆ, ਇਹਨਾਂ ਦੇ ਡੋਗ ਟੈਸਟ ਕਰਾਓ। ਇਹ ਹੋਰ ਵੀ ਕੁਕਰਮ ਕਰਦੇ ਨੇ। ਚੋਣਾਂ ਦੇ ਮਾਹੌਲ ਵਿੱਚ ਨਿੱਤ ਨਵੀਆਂ ਸਰਗਰਮੀਆਂ ਹੁੰਦੀਆਂ ਨੇ, ਕਈ ਜਥੇਬੰਦੀਆਂ, ਕਈ ਸਿਆਸੀ ਪਾਰਟੀਆਂ ਮੈਦਾਨ 'ਚ ਉਤਰੀਆਂ ਨੇ। ਭਾਈ ਬਲਦੇਵ ਸਿੰਘ ਵਡਾਲਾ ਮੇਰੇ ਨਾਲ ਬੈਠੇ ਆ, ਇਹਨਾਂ ਨੇ ਵੀ ਫੈਸਲਾ ਲਿਆ ਕਿ ਹੁਣ ਅਸੀਂ ਆਪਣੇ ਉਮੀਦਵਾਰ ਉਤਾਰਾਂਗੇ। ਕੀ ਪਾਰਟੀ ਸਿਆਸੀ ਤੌਰ 'ਤੇ ਬਣਾ ਲਈ ਗਈ ਹੈ ਜਾਂ ਆਜ਼ਾਦ ਉਮੀਦਵਾਰ ਹੋਣਗੇ ਜਾਂ ਹੋਰ ਦਲ ਬਣਾਇਆ ਗਿਆ? ਕਿਉਂਕਿ ਸਿੱਖ ਸਦਭਾਵਨਾ ਦਲ ਪਹਿਲਾਂ ਤੋਂ ਹੀ ਚੱਲ ਰਿਹਾ, ਉਸ ਜਥੇਬੰਦੀ ਨੂੰ ਕਿਉਂ ਲੱਗਿਆ ਕਿ ਚੋਣ ਮੈਦਾਨ 'ਚ ਆਉਣਾ ਜ਼ਰੂਰੀ ਹੈ? ਇਸ ਦੇ ਨਾਲ ਕਿਸ ਦੇ ਨਾਲ ਟੱਕਰ ਲੈਣ ਜਾ ਰਿਹਾ, ਲੋਕ ਸਭਾ ਚੋਣਾਂ ਦੇ ਹਵਾਲੇ ਤੋਂ ਸਾਰੀ ਗੱਲਬਾਤ ਕਰਾਂਗੇ। ਆ ਭਾਈ ਸਾਹਿਬ, ਤੁਸੀਂ ਲੰਮੇ ਸਮੇਂ ਤੋਂ ਗੁਰੂ ਘਰਾਂ ਦੇ ਵਿੱਚ ਤਾਂ ਸੰਗਤਾਂ ਨੂੰ ਸੰਬੋਧਨ ਹੁੰਦੇ ਆ, ਤੁਹਾਨੂੰ ਦੇਖਿਆ ਗਿਆ ਕਿ ਤੁਸੀਂ ਬਹੁਤ ਇਸ ਖੇਤਰ ਦੇ ਵਿੱਚ ਕੰਮ ਕੀਤਾ, ਤੁਹਾਡਾ ਨਾਮ ਵੀ ਇਸ ਕਰਕੇ ਲੋਕ ਜਾਣਦੇ ਆ, ਪਰ ਸਿਆਸੀ ਚੋਣਾਂ ਜਿਹੜੀਆਂ ਸਿਆਸੀ ਮਾਹੌਲ ਦੇ ਵਿੱਚ ਕੁੱਦਣਾ ਤੁਹਾਨੂੰ ਕਿਉਂ ਲੱਗਿਆ ਕਿ ਜ਼ਰੂਰੀ ਆ? ਇਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਤੁਹਾਡੀ ਸਿਆਸੀ ਤੌਰ ਦੇ ਉੱਤੇ ਲੜਾਈ ਕਿਹਦੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 2016 ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ, ਜਿਸ ਦਾ ਮੁੱਖ ਮਕਸਦ ਸੀਗਾ ਕਿ ਬੇਅਦਬੀ ਕਾਂਡ ਦੇ ਇਨਸਾਫ ਲੈਣੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਅਤੇ ਤਖ਼ਤ ਸਾਹਿਬਾਨਾਂ ਨੂੰ, ਜਥੇਦਾਰ ਸਾਹਿਬਾਨਾਂ ਦੇ ਅਦਬ ਸਤਿਕਾਰ ਨੂੰ ਸੁਤੰਤਰ ਬਣਾਉਣਾ, ਪ੍ਰਬੰਧ ਦੀ ਜਿਹੜੀਆਂ ਕਮੀਆਂ ਨੇ ਦੂਰ ਕਰਨੀਆਂ, ਗੁਰੂ ਦੀਆਂ ਗੋਲਕਾਂ, ਗੁਰੂ ਕੀਆਂ ਜ਼ਮੀਨਾਂ, ਗੁਰੂ ਕਾ ਇਤਿਹਾਸ, ਗੁਰੂ ਕੀਆਂ ਵਿਰਾਸਤਾਂ ਨੂੰ ਆਉਣ ਵਾਲੀ ਪਨੀਰੀ ਲਈ ਜਿਉਂਦੀਆਂ ਰੱਖਣਾ, ਇਸ ਸਭ ਕਾਹੇ ਨੂੰ ਲੈ ਕੇ ਅਸੀਂ 2016 ਤੋਂ ਚੱਲੇ ਸਾਂ।
ਅਤੇ ਬੇਅਦਬੀ ਕਾਂਡ ਦੇ ਨਾਲ ਨਾਲ 2015 ਤੋਂ ਲੈ ਕੇ 18 ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ 328 ਪਾਵਨ ਸਰੂਪ ਬਾਦਲਕਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਵੇਚੇ ਗਏ ਔਰ ਉਹ ਵੱਡਾ ਸੰਗੀਨ ਅਪਰਾਧ ਜਿਹੜੀ 1100 ਸਫ਼ਿਆਂ ਦੀ ਰਿਪੋਰਟ ਈਸ਼ਰ ਸਿੰਘ ਐਡਵੋਕੇਟ ਹੋਣਾ ਨੇ ਲਿਆਂਦੀ ਜਿਹਨੂੰ ਸ਼੍ਰੋਮਣੀ ਕਮੇਟੀ ਨੇ ਆਪ ਜਨਤਕ ਕੀਤਾ ਆਪ ਮੰਨਿਆ ਕਿ ਦੋਸ਼ੀਆਂ 'ਤੇ ਅਸੀਂ ਮੁਕੱਦਮੇ ਦਰਜ ਕਰਾਂਗੇ ਫੌਜਦਾਰੀ ਕੇਸ ਦਰਜ ਕਰਵਾਵਾਂਗੇ ਔਰ ਉੱਥੋਂ ਉਹ ਮੁਕਰੇ ਫਿਰ ਸਿੱਖ ਜਥੇਬੰਦੀਆਂ ਨੇ ਉਹਦੇ ਵਾਸਤੇ ਧਰਨੇ ਵੀ ਲਾਏ ਜਿਨ੍ਹਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਖਦੇੜ ਦਿੱਤਾ ਗਿਆ 4 ਸਾਲ ਤੋਂ ਅਸੀਂ ਉੱਥੇ ਤੰਬੂ ਲਾ ਕੇ ਬੈਠੇ ਹੋਏ ਹਾਂ ਇੱਥੇ ਕੈਪਟਨ ਸਰਕਾਰ ਪੋਥੀ ਫੜ ਕੇ ਝੂਠ ਬੋਲ ਗਈ ਅਸੀਂ ਇਨਸਾਫ ਕਰਾਂਗੇ ਇੱਥੇ ਆ ਕੇ ਚੰਨੀ ਚਲੇ ਗਏ ਇੱਥੇ ਆ ਕੇ ਭਗਵੰਤ ਮਾਨ ਹੋਣਾ ਦੀ ਸਰਕਾਰ ਆਪਾਂ ਸਾਰਿਆਂ ਨੇ ਤੁਸੀਂ ਵੀ ਨਾਲ ਹੋ ਮੈਂ ਵੀ ਨਾਲ ਆਪਾਂ ਸਾਰੇ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਇਹਨਾਂ ਨੇ ਵੀ ਸਾਡੇ ਨਾਲ ਜੱਗੋਂ 13ਵੀਂ ਕਰ ਦਿੱਤੀ ਕਿ ਭ੍ਰਿਸ਼ਟ ਸਰਕਾਰ ਅਤੇ ਭ੍ਰਿਸ਼ਟ ਆਗੂਆਂ ਦੀ ਤਰ੍ਹਾਂ ਪ੍ਰਸ਼ਾਸਨ ਨੇ ਉਲਟਾ ਚੋਰਾਂ ਦਾ ਸਾਥ ਦਿੱਤਾ ਅਦਾਲਤਾਂ ਨੇ ਤਰੀਕਾਂ ਦਿੱਤੀਆਂ ਇਹ ਸਭ ਕਾਹੇ ਨੂੰ ਲੈ ਕੇ ਸਾਡੀ ਮਜਬੂਰੀ ਬਣ ਗਈ ਹੈ ਇੱਕ ਪੀੜਾ ਬਣ ਗਈ ਹੈ ਸਿਰਦਰਦੀ ਬਣ ਗਈ ਕਿ ਹੁਣ ਇਹ ਚੀਜ਼ ਜਿਹੜੀ ਅਸੀਂ ਤੱਪੜਾਂ 'ਤੇ ਬਹਿ ਕੇ ਧਰਨਿਆਂ ਦੇ ਰੂਪ ਵਿੱਚ ਲਈ ਬੈਠੇ ਹਾਂ ਕਿਉਂ ਨਾ ਲੋਕ ਸਭਾ ਵਿੱਚ ਲੋਕਾਂ ਦੀ ਕਚਹਿਰੀ 'ਚ ਜਾਇਆ ਜਾਏ ਤਾਂ ਕਿ ਲੋਕ ਫੈਸਲਾ ਕਰਨ ਭ੍ਰਿਸ਼ਟ ਲੀਡਰ ਅਤੇ ਭ੍ਰਿਸ਼ਟ ਸਿਸਟਮ ਸਾਨੂੰ ਪ੍ਰਵਾਨ ਨਹੀਂ ਤੁਸੀਂ ਇਹ ਗੱਲ ਦੱਸੀ ਹੈ ਕਿ ਆਧਾਰ ਕੀ ਹੈ ਇਸ ਪਾਸੇ ਤੁਰਨ ਦਾ ਪਰ ਇਹ ਕਾਨੂੰਨ ਤੌਰ 'ਤੇ ਜਾਂ ਸਿਆਸੀ ਤੌਰ ਦੇ ਉੱਤੇ ਠੀਕ ਹੈ ਕਿ ਇਹਨਾਂ ਮੁੱਦਿਆਂ ਨੂੰ ਵਿਚਾਰਿਆ ਜਾ ਸਕਦਾ ਪਰ ਜਿੰਨੇ ਅਹਿਮ ਮੁੱਦੇ ਹੈ ਕਿਸੇ ਨੂੰ ਛਟਿਆ ਕੇ ਨਹੀਂ ਦੇਖ ਸਕਦੇ ਆਪਾਂ ਜਿੰਨੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ ਇਹ ਸਾਰੇ ਕੀ ਤੁਹਾਨੂੰ ਚਾਹੀਦਾ ਨਹੀਂ ਸੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਲੜਾਈ ਲੜੀ ਜਾਂਦੀ ਉਸ ਤੋਂ ਬਾਅਦ ਸੋਚਿਆ ਜਾਂਦਾ ਕਿ ਪਾਰਲੀਮੈਂਟ ਜਾਣਾ ਕਿ ਨਹੀਂ ਸ਼੍ਰੋਮਣੀ ਕਮੇਟੀ ਨੇ ਤਾਂ ਸਾਨੂੰ ਵਿੱਚ ਹੀ ਨਹੀਂ ਰਹਿਣ ਦਿੱਤਾ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੋਸ਼ੀਆਂ ਦੀ ਪੁਸ਼ਤ ਪਨਾਈ ਕਰਕੇ ਸਾਨੂੰ ਦਰਬਾਰ ਸਾਹਿਬ 'ਚੋਂ ਬਾਹਰ ਕੱਢਿਆ ਅਤੇ ਉਸ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਜਿਹੜਾ ਲਾਣਾ ਹੈ ਤੁਹਾਨੂੰ ਲੱਗਦਾ ਹੈ ਉਹ ਸਾਡੇ ਵਰਗਿਆਂ ਨੂੰ ਉੱਥੇ ਵਿੱਚ ਰਹਿ ਕੇ ਗੱਲ ਕਰਨ ਦਿਓ ਫਿਰ 5 ਪਿਆਰਿਆਂ ਨੇ ਬੇਅਦਬੀ ਨੂੰ ਲੈ ਕੇ ਭਾਈ ਸਤਨਾਮ ਸਿੰਘ ਖੰਡੇ ਹੋਣਾ ਨੇ ਜਥੇਦਾਰ ਵੀ ਜਦੋਂ ਭੱਜ ਗਏ ਸੀ ਬੋਲੇ ਨਹੀਂ ਉਹਨਾਂ 5 ਸਿੰਘਾਂ ਨੇ ਇਕੱਠੇ ਹੋ ਕੇ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਉਹ ਵੀ ਕੱਢ ਦਿੱਤੇ ਗਏ ਇਸ ਲਈ ਉਹਨਾਂ ਨੂੰ ਭਾਈ ਬਲਵੀਰ ਸਿੰਘ ਹੋਣਾ ਨੇ ਸਰੋਪਾ ਦੇਣ ਦੀ ਗੱਲ ਕਰ ਦਿੱਤੀ ਵੀ ਬਾਦਲ ਬੇਈਮਾਨ ਨੂੰ ਮੈਂ ਨਹੀਂ ਸਰੋਪਾ ਦਿੰਦਾ ਜੋ ਕਰਨਾ ਕਰ ਦਿਓ ਹੁਣ ਉਹਨਾਂ ਵਰਗਿਆਂ ਨੂੰ ਵੀ ਇੱਕ ਸਾਈਡ 'ਤੇ ਲਾ ਦਿੱਤਾ ਜਾਂਦਾ ਹੈ ਬਾਅਦ ਵਿੱਚ ਉਹ ਕਈ ਗੱਲਾਂ ਨੂੰ ਵੇਖ ਕੇ ਚਲੋ ਜੀ ਬਜ਼ੁਰਗ ਨੇ ਫਲਾਣੇ ਨੇ ਢਿਮਕੜੇ ਦਾ ਭਾਵ ਜਿਹੜਾ ਬੋਲਦਾ ਹੈ ਜਾਂ ਕੋਈ ਵੱਖਰੀ ਗੱਲ ਕਰਦਾ ਹੈ ਬਾਹਰ ਕਰ ਦਿੱਤਾ ਜਾਂਦਾ ਉਹਨੂੰ ਬਾਹਰ ਕਰ ਦਿੱਤਾ ਜਾਂਦਾ ਜਿਹੜਾ ਜਿੱਡਾ ਵੱਡਾ ਚੋਰ ਹੋਊ ਉਹਨੂੰ ਓਡਾ ਵੱਡਾ ਅਹੁਦਾ ਦਿੱਤਾ ਜਾਂਦਾ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਇਸ ਤਰ੍ਹਾਂ ਜੇ ਵਾਕਈ ਘਾਟਾਂ ਨੇ ਬਹੁਤ ਵੱਡੀਆਂ ਅਣਗਹਿਲੀਆਂ ਹੋ ਰਹੀਆਂ ਅਤੇ ਇਹਦਾ ਫਾਇਦਾ ਤੁਹਾਨੂੰ ਨਹੀਂ ਲੱਗਦਾ ਕਿ ਆਪਸ ਦੇ ਵਿੱਚ ਲੜ ਕੇ ਬੋਲ ਕੇ ਕੋਈ ਤੀਜਾ ਫਾਇਦਾ ਚੱਕੂਗਾ ਕੋਈ ਹੋਰ ਵੀ ਦਖਲ ਦੇ ਸਕਦਾ ਆਪਣੇ ਪੰਥ ਦੀ ਸਿਆਸਤ ਵਿੱਚ ਦੇਖੋ ਜਦੋਂ ਇਹ ਆਪ ਮੌਕਾ ਦੇ ਰਹੇ ਆ ਅਤੇ ਫਿਰ ਉੱਥੇ ਕਿਸੇ ਦਾ ਕਸੂਰ ਕਹਿੰਦੇ ਵੀ ਪੈਸਾ ਆਪਣਾ ਖੋਟਾ ਬਾਣੀਏ ਨੂੰ ਕਾਹਦਾ ਦੋਸ਼ ਅਤੇ ਜਿਹੜਾ ਤੀਜਾ ਫਾਇਦਾ ਚੁੱਕੂਗਾ ਅਤੇ ਉਹਦਾ ਫਾਇਦਾ ਵੀ ਤਾਂ ਇਹ ਲੋਕ ਕਰਾ ਰਹੇ ਨੇ ਨਾ ਸਾਡਾ ਉਹ 'ਚ ਕੀ ਦੋਸ਼ ਅਸੀਂ ਤਾਂ ਜੇ ਇਹ ਗੱਲ ਤੁਸੀਂ ਲੈਂਦੇ ਹੋ ਅਤੇ ਪ੍ਰਿਥੀ ਚੰਦਾ ਨੇ ਜੇ ਕਿਤੇ ਖਰਾਬੀ ਕੀਤੀ ਹੈ ਤਾਂ ਬਾਬਾ ਬੁੱਢਾ ਸਾਹਿਬ ਨੇ ਉਹਨੂੰ ਮੀਣਾ ਮਸੰਦ ਆਖਿਆ ਹੈ ਵਾਰਾਂ ਲਿਖੀਆਂ ਨੇ ਜੇ ਕਿਧਰੇ ਰਾਮ ਰਾਈਆਂ ਨੇ ਖਰਾਬੀ ਕੀਤੀ ਹੈ ਤਾਂ ਉੱਥੇ ਵੀ ਸੀਏ ਮਸੰਦਾਂ ਦੇ ਖਿਲਾਫ਼ ਬਾਬਾ ਮੱਖਣ ਸ਼ਾਹ ਲਵਾਣਾ ਸਾਹਮਣੇ ਆਏ ਆ 22 ਮੰਜੀਆਂ ਖੜੀਆਂ ਕਰ ਦਿੱਤੀਆਂ ਨੇ ਇੱਕੋ ਰਹਿਣ ਦਿੱਤੀ ਸੀ ਬਾਬੇ ਬਕਾਲੇ
ਫਿਰ ਉਦੋਂ ਬਾਅਦ ਭਾਈ ਲਛਮਣ ਸਿੰਘ ਹੋਣਾ ਨੇ ਗੱਲ ਕੀਤੀ ਆ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਹੋਣੀ ਗੱਲ ਕਰ ਗਏ ਆ। ਇਹਦੇ ਵਿੱਚ ਤੁਹਾਡੇ ਸਾਹਮਣੇ ਹੁਣ ਤੁਹਾਨੂੰ ਸਿਆਸੀ ਤੌਰ 'ਤੇ, ਕਿਉਂਕਿ ਤੁਸੀਂ ਚੋਣ ਮੈਦਾਨ 'ਚ ਆ ਗਏ, ਪਹਿਲਾਂ ਇੱਕ ਇਹ ਵੀ ਸਵਾਲ ਹੈ ਕਿ ਲੋਕ ਸਭਾ ਸੀਟਾਂ 13 ਨੇ, ਕੀ 13 ਦੇ ਉੱਤੇ ਤੁਹਾਡੇ ਉਮੀਦਵਾਰ ਦਿਖਣਗੇ, ਤੁਸੀਂ ਉਹਨਾਂ ਵਿੱਚੋਂ ਇੱਕ ਹੋਵੋਗੇ? ਹਾਂ, ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 328 ਪਾਵਨ ਸਰੂਪਾਂ ਨੂੰ ਲੈ ਕੇ ਜਿੱਥੇ ਬਾਕੀ ਪੰਜਾਬ ਦੇ ਮਸਲਿਆਂ ਦੀ ਅਰਦਾਸ ਕਰਦੇ ਸਾਂ, ਅਸੀਂ ਕੇਵਲ ਅੰਮ੍ਰਿਤਸਰ ਸਾਹਿਬ ਨੂੰ ਮੁੱਖ ਰੱਖਿਆ ਸੀਗਾ ਕਿ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਜ਼ਰੂਰ ਫਾਈਟ ਕਰਾਂਗੇ। ਪਰ ਜਦੋਂ ਖਾਲੜਾ ਜੀ ਦੀ ਆਜ਼ਾਦ ਵਿੱਚ ਪੈਦਲ ਯਾਤਰਾ ਕੀਤੀ, ਉੱਥੇ ਇੱਕ ਅਵਤਾਰ ਸਿੰਘ ਨਗਲਾ ਆਏ ਜਿਹੜੇ ਪਿਛਲੇ 27 ਸਾਲ ਤੋਂ ਫਾਈਟ ਕਰ ਰਹੇ ਸਨ ਪੰਜਾਬ ਲਈ, ਪੰਥ ਲਈ, ਲੋਕਾਂ ਲਈ, ਉਹ ਕਹਿਣ ਲੱਗੇ ਕਿ ਮੈਂ ਵੀ ਇਸ ਯਾਤਰਾ 'ਚ ਹਿੱਸਾ ਪਾਉਣਾ ਚਾਹੁੰਦਾ। ਖਾਲੜਾ ਜੀ ਦੇ ਨਾਲ ਮੈਂ ਵੀ ਫਾਈਲਾਂ ਚੁੱਕ ਕੇ ਤੁਰਦਾ ਰਿਹਾ, ਮੈਨੂੰ ਦਾੜ੍ਹੀ ਨਹੀਂ ਸੀ ਆਈ ਉਦੋਂ। ਮੈਂ ਕਿਹਾ ਵੀ ਆਓ ਤੁਸੀਂ। ਜਦੋਂ ਉਹਨਾਂ ਦੀ ਕਹਾਣੀ ਸੁਣੀ, ਸਾਰੀ ਕਹਾਣੀ ਸੁਣਨ ਤੋਂ ਬਾਅਦ ਕਿ 27 ਪਰਚੇ ਖਿਲਾਫ ਹੋ ਜਾਣ ਅਤੇ ਤਾਂ ਵੀ ਬੰਦਾ ਖੜ੍ਹਾ ਰਹੇ, ਅਤੇ ਫਿਰ ਸੋਚਿਆ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਇਸ ਬੰਦੇ ਦੀ ਅਰਦਾਸ ਕਰੀਏ। ਅਸੀਂ ਜਦੋਂ 1 ਅਪ੍ਰੈਲ ਨੂੰ ਉੱਥੇ ਜਾ ਕੇ ਆਓ ਸਿਰਜੀਏ ਨਵਾਂ ਪੰਜਾਬ, ਕਰਤਾਰਪੁਰੀ ਮਾਡਲ ਨੂੰ ਮੁੱਖ ਰੱਖ ਕੇ ਅਰਦਾਸ ਕਰਕੇ ਅਵਤਾਰ ਸਿੰਘ ਨਗਲਾ ਆਨੰਦਪੁਰ ਸਾਹਿਬ ਤੋਂ ਐਲਾਨ ਕੀਤੇ ਗਏ। ਉੱਥੇ ਸਮਾਜਿਕ ਸੰਘਰਸ਼ ਪਾਰਟੀ ਦੇ ਭਾਈ ਜਸਵਿੰਦਰ ਸਿੰਘ ਆਏ ਹੋਏ ਸਨ, ਅੰਬੇਦਕਰ ਸਮਾਜ ਦੇ ਲੋਕ ਆਏ ਹੋਏ ਸਨ, ਕਾਂਸ਼ੀ ਰਾਮ ਜੀ ਦੇ ਵਾਰਿਸ ਆਏ ਹੋਏ ਸਨ, ਜਿਨ੍ਹਾਂ ਨੇ ਮੌਕੇ 'ਤੇ ਆ ਕੇ ਕਿਹਾ ਭਾਈ ਸਾਹਿਬ ਜੀ ਹੁਣ ਜੇ ਇਨਸਾਫ ਹੀ ਲੈਣਾ ਹੈ ਤਾਂ ਫਿਰ ਇੱਕ ਦੀ ਗੱਲ ਕਿਉਂ, ਹੁਣ 13 ਹੀ 13 ਕਰ ਦਿਓ, ਇਹ ਵੀ 13, ਉਹ ਵੀ 13, ਅਤੇ ਪੰਜਾਬ ਵੀ 13, ਅਸੀਂ ਵੀ 13 ਅਤੇ ਲੋਕ ਵੀ 13। ਮਤਲਬ ਹੁਣ ਫਾਈਨਲ ਹੈ ਕਿ 13 ਸੀਟਾਂ 'ਤੇ ਤੁਸੀਂ ਚੋਣ ਲੜ ਰਹੇ ਹੋ, ਉਹਦੇ ਵਿੱਚੋਂ ਇੱਕ ਤਾਂ ਤੁਸੀਂ ਜਵਾਬ ਨਹੀਂ ਦਿੱਤਾ ਕਿ ਤੁਸੀਂ ਖੁਦ ਲੜ ਰਹੇ ਹੋ ਕਿ ਨਹੀਂ। ਨਹੀਂ, ਅਜੇ ਤੱਕ ਮੇਰਾ ਕੋਈ ਨਹੀਂ ਹੈ। ਮੰਨ ਲਓ ਜੇ ਦਲ ਜਾਂ ਸਾਡੇ ਆਲੇ ਦੁਆਲੇ ਦੇ ਸੇਵਾਦਾਰ ਜਾਂ ਜਿਹੜੇ ਸਾਡੇ ਨਾਲ ਸਹਿਯੋਗ ਕਰ ਰਹੇ ਆ, ਅਗਰ ਉਹ ਫੈਸਲਾ ਲੈ ਲੈਂਦੇ ਨੇ ਕਿ ਭਾਈ ਵਡਾਲਾ ਨੂੰ ਇੱਥੇ ਮੈਦਾਨ 'ਚ ਕੁੱਦਣਾ ਹੋਊ, ਤਾਂ ਮੈਨੂੰ ਨਾ ਕੋਈ ਨਹੀਂ ਹੋਊਗੀ। ਇੱਕ ਅਗਲਾ ਸਵਾਲ ਇਹ ਹੈ ਕਿ ਤੁਹਾਡਾ ਫੈਸਲਾ, ਚਲੋ ਵਿਚਾਰ ਵਟਾਂਦਰੇ ਨਾਲ ਹੋ ਜਾਣਾ, ਹਲਕਾ ਖਡੂਰ ਸਾਹਿਬ ਕਾਫੀ ਚਰਚਾ ਦੇ ਵਿੱਚ ਹੈ, ਆਜ਼ਾਦ ਉਮੀਦਵਾਰ ਦਾ ਐਲਾਨ ਹੋਇਆ, ਅੰਮ੍ਰਿਤਪਾਲ ਸਿੰਘ ਦਾ NSA ਲਗਾਉਣ ਦੇ ਖਿਲਾਫ਼ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਕਿ ਨਹੀਂ ਲੱਗਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕੀ ਖਡੂਰ ਸਾਹਿਬ ਹਲਕਾ ਵੀ ਹੈ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ, ਕੀ ਉੱਥੇ ਵੀ ਤੁਹਾਡੀਆਂ ਜਥੇਬੰਦੀਆਂ ਤੁਹਾਡੇ ਸਹਿਯੋਗੀ ਚੋਣ ਲੜਨਗੇ? ਖਡੂਰ ਸਾਹਿਬ ਨੂੰ ਜਾਣ ਬੁੱਝ ਕੇ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਤਾਂ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਬੀਬੀ ਬਠਿੰਡੇ ਵਾਲੀ ਤੋਂ ਵੀ ਹਟ ਜਾਏ, ਉਹਨੂੰ ਜਿਤਾਇਆ ਜਾ ਸਕੇ, ਅਤੇ ਹੋਰ ਪਾਸੇ ਵੀ ਇਹਨਾਂ ਦਾ ਧਿਆਨ ਨਾ ਜਾਵੇ ਕਿ ਪੰਜਾਬ ਦੇ ਵਿੱਚ ਇੱਕੋ ਹੀ ਸੀਟ ਹੈ ਬਾਕੀ 12 ਨਹੀਂ, ਕਿ ਪੰਜਾਬ ਦੇ ਵਿੱਚ ਪੰਥ ਕੇਵਲ ਤਰਨ ਤਾਰਨ ਸਾਹਿਬ ਵਿੱਚ ਹੀ ਰਹਿੰਦਾ ਹੈ, ਬਾਕੀ 12 ਸੀਟਾਂ 'ਤੇ ਪੰਥ ਮਰ ਗਿਆ, ਕਿ ਬਾਕੀ ਪੰਜਾਬ ਦੇ ਲੋਕ ਪੰਥਕ ਨਹੀਂ? ਜਿੰਨੇ ਪੰਜਾਬ ਦੇ ਲੋਕ ਰਹਿੰਦੇ ਨੇ ਉਹ ਮੁਸਲਮਾਨ ਨੇ, ਹਿੰਦੂ ਨੇ, ਸਿੱਖ ਨੇ, ਬਾਕੀ ਸਾਡਾ ਭਾਈਚਾਰਾ ਹੈ, ਜਿਹੜੇ ਅੱਜ ਤੱਕ ਕਹਿ ਰਹੇ ਨੇ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਅਤੇ ਉਸ ਪੰਜਾਬ ਲਈ 97-93% ਕੁਰਬਾਨੀਆਂ ਸਿੱਖ ਪੰਥ ਵਾਲਿਆਂ ਨੇ ਕੀਤੀਆਂ ਹੋਣ, ਅਤੇ ਅੱਜ ਉਸ ਪੰਥ ਨੂੰ ਤੁਸੀਂ ਇੱਕ ਨੁੱਕਰ 'ਚ ਬਿਠਾ ਰਹੇ ਹੋ, ਉਹਨੂੰ ਮੋਹਰਾ ਬਣਾ ਰਹੇ ਹੋ। ਕਿਹਨੂੰ ਮੰਨਦੇ ਹੋ ਕਿ ਉੱਥੇ ਇੱਕ ਨੁੱਕਰੇ ਲਾਇਆ ਪੰਥ? ਇਹ ਬੜਾ ਕੁਛ ਹੈ ਜੀ, ਇਹਦੇ ਪਿੱਛੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਜਾਣਨਾ ਚਾਹੁੰਦਾ ਵੀ ਤੁਸੀਂ ਕਿਉਂ ਸਮਝਦੇ ਹੋ ਕਿ ਇੱਕ ਥਾਂ 'ਤੇ ਲਾ ਦਿੱਤਾ? ਉਹਦੇ ਬਾਅਦ ਉੱਥੇ ਆ ਜਾਓ ਵੀ ਖਡੂਰ ਸਾਹਿਬ ਨੂੰ ਜੇ ਤੁਸੀਂ ਪੰਥਕ ਹਲਕਾ ਮੰਨਦੇ ਹੋ, ਅਤੇ ਉੱਥੇ ਜਦੋਂ ਬੀਬੀ ਖਾਲੜਾ ਖੜੀ, ਬੀਬੀ ਖਾਲੜਾ ਦੀ ਜੀ ਦੇ ਸਾਹਮਣੇ ਜਗੀਰ ਕੌਰ ਬੀਬੀ ਦੀ ਕੀ ਦੇਣ ਹੈ? ਪਰ ਉੱਥੇ ਵੋਟਾਂ ਵੱਧ ਕਿਹਨੂੰ ਪਾਈਆਂ ਤੁਸੀਂ?
ਬੀਬੀ ਜਗੀਰ ਕੌਰ ਨੂੰ, ਖਾਲੜਾ ਬੀਬੀ ਕਿਉਂ ਹਰਾਈ ਗਈ, ਫਿਰ ਕਿਹੜਾ ਪੰਥਕ ਹਲਕੇ ਦੀ ਗੱਲ ਕਰਦੇ। ਬੇਅਦਬੀ ਕਾਂਡ ਨੂੰ ਲੈ ਕੇ ਸਿੱਖੀ ਕਾਂਗਰਸ ਦਾ MLA ਸਿੱਖੀ ਅਸਤੀਫਾ ਦੇ ਰਿਹਾ ਜੀ, ਸਰਕਾਰ ਵੀ ਕਾਂਗਰਸ ਦੀ ਹੈ, ਉਹ ਅਸਤੀਫਾ ਦੇ ਰਿਹਾ ਬੇਅਦਬੀਆਂ ਨੂੰ ਲੈ ਕੇ ਕਿ ਕੈਪਟਨ ਸਾਹਿਬ ਫੈਸਲਾ ਲੈਣ, ਮੈਂ ਅਸਤੀਫਾ ਦਿੰਦਾ। ਉਹ ਜਿਹੜੀ ਸੀਟ ਖਾਲੀ ਹੋਈ ਉਹਦੀ ਚੋਣ ਕਿਹਨੇ ਲੜੀ? ਪੰਥਕਾਂ ਨੇ। ਅਤੇ ਪੰਥ ਦੇ ਵਿਰੁੱਧ ਜਿੱਤਿਆ ਕੌਣ ਸੀ? ਬ੍ਰਹਮਪੁਰੇ ਦਾ ਕਾਕਾ ਜੀ ਰਵਿੰਦਰ ਸਿੰਘ। ਅਤੇ ਫਿਰ ਕਿੱਦਾਂ ਕਹਿ ਰਹੇ ਹੋ ਕਿ ਉਹ ਪੰਥਕ ਸੀਟ ਹੈ ਅਤੇ ਉੱਥੇ ਪੰਥਕ ਲੋਕ ਬੈਠੇ ਹੋਏ ਨੇ? ਇਹ ਜਿਵੇਂ ਅੰਮ੍ਰਿਤਪਾਲ ਦੇ ਅੰਮ੍ਰਿਤ ਛਕਾਉਣ ਨੂੰ ਲੈ ਕੇ ਮੋਹਰਾ ਬਣਾਇਆ ਗਿਆ। ਕੀ ਅੰਮ੍ਰਿਤਪਾਲ ਤੋਂ ਪਹਿਲਾਂ ਅੰਮ੍ਰਿਤ ਨਹੀਂ ਛਕਾਏ ਜਾਂਦੇ? ਵਹੀਰ ਨਹੀਂ ਸੀ ਨਿਕਲਦੀ, ਨਿਸ਼ਾਨ ਸਾਹਿਬ ਨਹੀਂ ਸੀ ਝੁਲਦੇ, ਕਿਰਪਾਨਾਂ ਹੱਥਾਂ 'ਚ ਨਹੀਂ ਸਨ। ਫਿਰ ਅੱਜ ਕਿਹੜੀ ਵੱਖਰੀ ਗੱਲ ਹੋ ਗਈ? ਨਸ਼ਾ ਛਡਾਊ ਕੇਂਦਰ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਚੱਲ ਰਿਹਾ। ਵੱਖਰਾ ਕੀ ਹੋ ਗਿਆ ਕਿ ਤੁਸੀਂ ਹਊਆ ਬਣਾ ਕੇ ਅਤੇ ਪੰਜਾਬ ਦਾ ਮਾਹੌਲ ਵਿਗਾੜ ਕੇ ਨੌਜਵਾਨੀ ਨੂੰ ਪ੍ਰਵਾਸੀ ਅਤੇ ਅੱਤਵਾਦੀ ਅਤੇ ਖਾਲਿਸਤਾਨੀ ਬਣਾ ਕੇ ਜੇਲ੍ਹਾਂ 'ਚ ਤੁੰਨਿਆ, ਅਤੇ ਅੱਜ ਤੁਸੀਂ ਮੁੜ ਹਊਆ ਬਣਾ ਰਹੇ ਹੋ ਇੱਕ ਸੀਟ ਨੂੰ, ਬਾਕੀ ਸੀਟਾਂ ਪੰਥਕ ਨਹੀਂ? ਇਸ ਲਈ ਇਹ ਬੇਫਜ਼ੂਲੀ ਲੜਾਈ ਕਰਾ ਕੇ ਸਿੱਖ ਦੀ ਸੋਚ ਦਾ ਪੱਗਾਂ 'ਚ ਸਿਰ ਫਸਾਉਣ ਵਾਲੇ ਇਹ ਸਰਕਾਰੀ ਸਰਦਾਰ ਇਹ ਜਨਾਜ਼ਾ ਕੱਢ ਰਿਹਾ। ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਅੰਮ੍ਰਿਤਪਾਲ ਸਿੰਘ ਜਾਂ ਉਸਦੇ ਮਾਪੇ ਆ ਜਿਹੜਾ, ਜਾਂ ਉਹ ਪਰਿਵਾਰ ਫਿਰ ਕੋਈ ਵਰਤ ਰਿਹਾ ਪਿੱਛੇ? ਇਹ ਤਾਂ ਉਹਨਾਂ ਨੂੰ ਪੁੱਛੋ ਜਾ ਕੇ ਵੀ ਤੁਹਾਡੇ ਆਪਣੇ ਕੀ ਹੈਗੇ ਨੇ, ਕਿਉਂਕਿ ਅਸੀਂ ਨਹੀਂ ਕੁਛ ਵੀ ਪੁੱਛਿਆ ਉਹਨਾਂ ਨੂੰ, ਜਿਹੜੀ ਗੱਲ ਤੁਸੀਂ ਕਹੀ ਉਹਨਾਂ ਨੂੰ ਪੁੱਛਿਆ, ਪਰ ਉਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਅਤੇ ਧੱਕਾ ਪੰਜਾਬ ਸਰਕਾਰ ਵੀ ਨਹੀਂ ਸਾਡੀ ਗੱਲ ਸੁਣਦੀ ਨਾ ਸੈਂਟਰ ਸੁਣਦਾ, ਇਸ ਕਰਕੇ ਸਾਨੂੰ ਖੁਦ ਨੂੰ ਜਾਣਾ ਪੈ ਰਿਹਾ ਇਸ ਰਸਤੇ ਦੇ ਉੱਤੇ। ਇਹ ਉਹਨਾਂ ਦੇ ਸਵਾਲਾਤ ਨੇ, ਅਸੀਂ ਇਸ ਬਾਬਤ ਕੁਛ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਕੌਣ ਚਲਾ ਰਿਹਾ, ਕਿਵੇਂ ਚੱਲ ਰਿਹਾ। ਮੈਂ ਆਪਣੀ ਗੱਲ ਦੱਸ ਸਕਦਾ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 'ਚੋਂ ਅਰਦਾਸ ਕਰਕੇ ਆਏ ਹਾਂ, ਉਹਦੇ ਬਾਬਤ ਚਾਹੇ ਸਾਨੂੰ ਕੋਈ ਵੀ ਖਮਿਆਜ਼ਾ ਭੁਗਤਣਾ ਪਿਆ, ਅਸੀਂ ਭੁਗਤੇ ਆਏ, ਅੱਗੇ ਵੀ ਭੁਗਤਣ ਲਈ ਤਿਆਰ ਹਾਂ। ਬੇਅਦਬੀ ਕਾਂਡ 'ਤੇ 328 ਪਾਵਨ ਸਰੂਪਾਂ ਵਾਸਤੇ ਨਾ ਕਿਸੇ ਸਿਆਸੀ ਪਾਰਟੀ ਨੇ ਵਿਧਾਨ ਸਭਾ 'ਚ ਫੈਸਲਾ ਕੀਤਾ, ਨਾ ਲੋਕ ਸਭਾ 'ਚ, ਨਾ ਕੋਈ ਸਿਆਸੀ ਵਿਧਾਨ ਸਭਾ 'ਚ ਕੁਸਕਿਆ ਅਤੇ ਨਾ ਲੋਕ ਸਭਾ 'ਚ ਬੋਲਿਆ। ਇਸ ਲਈ ਸਾਡੇ ਵਾਸਤੇ ਚਾਹੇ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਅਕਾਲੀਏ ਬਾਦਲ ਕੇ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਇੱਥੇ ਸਾਡਾ ਕੋਈ ਮਿੱਤਰ ਨਹੀਂ। ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਪੰਜਾਬ ਵਾਲਿਆਂ ਦਾ ਕਿੱਥੋਂ ਬਣ ਜੂ? ਇਸ ਲਈ ਅਸੀਂ ਆਪਣੀ ਇੱਕ ਦਰਦ ਨੂੰ, ਪੀੜਾ ਨੂੰ ਲੈ ਕੇ ਚੱਲੇ। ਇਹਨਾਂ ਲੋਕਾਂ ਨੇ 1947 'ਚ ਜਿਹੜੇ ਵਾਅਦੇ ਕੀਤੇ ਗਏ ਸੀ ਪੰਜਾਬ ਨਾਲ ਸੈਂਟਰ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਹੱਕ ਹਕੂਕ ਦਿੱਤੇ ਜਾਣਗੇ, ਪੂਰਨ ਸਟੇਟ ਪੰਜਾਬ ਨੂੰ ਦਰਜਾ ਦਿੱਤਾ ਜਾਊ, ਇਸ ਦੀ ਰਾਜਧਾਨੀ, ਇਸ ਦੇ ਹਾਈਕੋਰਟ ਅਲੱਗ ਹੋਣਗੇ, ਇਹ ਗੱਲਾਂ ਕਿਹੜੇ ਲੀਡਰ ਨੇ ਕੀਤੀਆਂ ਜੀ ਜਾ ਕੇ? ਇਸ ਲਈ ਇਹ ਸਾਡੀ ਪੀੜਾ, ਸਾਡਾ ਦਰਦ ਹੈ, ਜਿਹਨੂੰ ਅਸੀਂ ਲੋਕਾਂ ਦੀ ਕਚਹਿਰੀ 'ਚੋਂ ਹੱਲ ਹੋ ਕੇ ਲੋਕ ਸਭਾ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਲੱਗਦਾ ਕਿ ਜਿਹੜੀਆਂ ਗੱਲਾਂ ਪਹਿਲਾਂ ਹੋਣੀਆਂ ਚਾਹੀਦੀਆਂ ਸੀ, ਬਾਕੀਆਂ ਨੂੰ ਜ਼ਿੰਮੇਵਾਰੀ ਮਿਲੀ ਉਹ ਨਹੀਂ ਹੋਈਆਂ, ਹੁਣ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਇਤਿਹਾਸ ਦੇ ਵਿੱਚ ਪੰਜਾਬ ਦੀ ਪੋਲੀਟਿਕਸ 'ਚ, ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟ ਟੁੱਟ ਕੇ ਕਈ ਜਥੇਬੰਦੀਆਂ ਬਣੀਆਂ, ਕਈ ਵੱਖਰੀਆਂ ਸਿਆਸੀ ਪਾਰਟੀਆਂ ਬਣੀਆਂ, ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜੇ ਹੁਣ ਫਿਰ ਜ਼ਿਆਦਾ ਸਰਗਰਮੀਆਂ ਦਿਖਾ ਰਹੇ ਆ, ਹੋਰ ਵੀ ਬੜੇ ਦਲ ਹੈ ਕਿ ਇੱਕ ਹੋਰ ਦਲ ਨਿਕਲਣ ਦੇ ਨਾਲ, ਕਿਉਂਕਿ ਜਦੋਂ ਵੀ ਕੋਈ ਦਲ ਬਣਦਾ ਜਾਂ ਸ਼੍ਰੋਮਣੀ ਅਕਾਲੀ ਦਲ 'ਚੋਂ ਅਲੱਗ ਹੁੰਦਾ ਜਾਂ ਆਪਣੀ ਪੋਲੀਟਿਕਸ ਚਲਾਉਂਦਾ ਸਿੱਖ ਜਾਂ ਪੰਥ ਨੂੰ ਸਾਹਮਣੇ ਰੱਖ ਕੇ, ਉਦੋਂ ਇੱਕ ਸਵਾਲ ਉੱਠਦਾ ਜਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਕਰਲਾਉਣ ਲੱਗ ਜਾਂਦੇ ਆ ਜਿਹਨਾਂ ਨੂੰ ਤੁਸੀਂ ਬਾਦਲ ਕੇ ਕਹਿੰਦੇ ਆ, ਕਿ ਇਸ ਦੇ ਨਾਲ ਸਾਡੀ ਵੋਟ ਬੈਂਕ ਨੂੰ ਖਰਾਬ ਕੀਤਾ ਜਾ ਰਿਹਾ, ਨਾ ਕਿ ਕਿਸੇ ਹੋਰ ਨੂੰ ਫਰਕ ਪੈਣਾ? ਨਹੀਂ, ਤੁਸੀਂ ਠੇਕਾ ਲਿਆ ਹੋਇਆ ਵਾ ਵੀ ਤੁਸੀਂ ਪੰਥਕ ਕਿਹੜੇ ਪਾਸਿਓਂ,
ਤੁਹਾਡੇ ਹੀ ਬੰਦੇ ਤੁਹਾਡੇ 'ਚੋਂ ਨਿਕਲ ਕੇ ਤੁਹਾਨੂੰ ਹੀ ਕਹਿ ਰਹੇ ਆ ਵੀ ਕਾਂ ਦੇ ਸਿਰ ਜਿੰਨੀ ਤਿੰਨ ਤਿੰਨ ਵਾਰੀ ਇਹ ਫੀਮ ਖਾਂਦੇ ਆ, ਇਹਨਾਂ ਦੇ ਡੋਪ ਟੈਸਟ ਕਰਾਓ। ਇਹ ਹੋਰ ਵੀ ਕੁਕਰਮ ਕਰਦੇ ਨੇ, ਅਤੇ ਫਿਰ ਇਹੋ ਜਿਹਿਆਂ ਨੂੰ ਪੰਥਕ ਕਹਿਣਾ ਆਪਣੇ ਆਪ 'ਚ ਹੀ ਇੱਕ ਬੜਾ ਵੱਡਾ ਗੁਨਾਹ ਹੈ। ਪੰਥਕ ਦੀ ਗੱਲ ਛੱਡੋ, ਇਹ ਤਾਂ ਸਿੱਖ ਵੀ ਹੈ ਨਹੀਂ। ਸਿੱਖ ਰਹਿਤ ਮਰਯਾਦਾ ਅਨੁਸਾਰ ਜੇ ਕਿਤੇ ਤੁਸੀਂ ਪੁੱਛ ਲਓ ਸਵਾਲ ਕਿ ਬਾਦਲ ਨੂੰ ਤੁਸੀਂ ਸੁਖਵੀਰ ਨੂੰ ਸਿੱਖ ਮੰਨੋਗੇ, ਕਿ ਬੀਬੀ ਸਿਮਰਤ ਨੂੰ ਸਿੱਖ ਮੰਨੋਗੇ ਤੁਸੀਂ? ਕਿਉਂਕਿ ਸਿੱਖੀ ਰਵਾਇਤਾਂ ਅਨੁਸਾਰ ਤਾਂ ਉਹ ਪੂਰੇ ਨਹੀਂ ਉਤਰ ਹੈ। ਕਿਉਂਕਿ ਕਿਸੇ ਦੀ ਮਾਨਤਾ ਦੇ ਜਦੋਂ ਕੋਈ ਸਵਾਲ ਉੱਠਦਾ ਜਾਂ ਕਰੀਏ ਨਾ, ਤੇ ਅਗਲਾ ਕਹਿੰਦਾ ਕਿ ਸਾਡੇ ਦਿਲ ਵਿੱਚ ਕੌਣ ਵੜ ਕੇ ਕੋਈ ਦੇਖੂਗਾ ਸਾਨੂੰ? ਸਾਨੂੰ ਪਤਾ ਅਸੀਂ ਰੱਬ ਦੇ ਜਾਂ ਸਿੱਖ ਪੰਥ ਦੇ ਨੇੜੇ। ਦਿਲ ਦੀ ਨਹੀਂ, ਲਾਅ ਐਂਡ ਆਰਡਰ ਦੀ ਆ। ਹੁਣ ਇੱਕ IPS ਅਫਸਰ ਆ, ਇੱਕ ਸਕੂਲ 'ਚ ਜਾਣ ਵਾਲਾ ਨਿਆਣਾ ਆ, ਉਹਦੇ ਕੋਲ ਕੋਈ ਵੀ ਜਾਵੇ IPS ਅਫਸਰ ਕੋਲ, ਉਹ ਕਹਿੰਦਾ ਮੇਰੇ ਕੋਲ ਮੁਸਲਮਾਨ ਆ ਰਿਹਾ, ਸਿੱਖ ਆ ਰਿਹਾ, ਇਸਾਈ ਆ ਰਿਹਾ, ਫਲਾਣਾ ਆ ਰਿਹਾ, ਢਿਮਕੜ ਆ ਰਿਹਾ, ਮੈਨੂੰ ਉਹਦੇ ਨਾਲ ਮਤਲਬ ਨਹੀਂ। ਮੈਨੂੰ ਇਹ ਮਤਲਬ ਵੀ ਲਾਅ ਐਂਡ ਆਰਡਰ ਮੁਤਾਬਕ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿ ਕੇ ਉਹਦਾ ਫੈਸਲਾ ਕਰਕੇ ਦੇਣਾ, ਨਾ ਕਿ ਵੋਟ ਅਤੇ ਨੋਟ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਗਰਕ ਕਰ ਬੈਠਾ। ਸਾਨੂੰ ਕੀ ਪਤਾ ਕਿਹੜੇ IAS ਦਾ ਮਨ ਸਾਫ਼ ਹੈ ਅਤੇ ਕਿਹੜੇ ਦਾ ਨਹੀਂ, ਪਰ ਲਾਅ ਐਂਡ ਆਰਡਰ ਉਹਨੂੰ ਉੱਥੇ ਮਜਬੂਰ ਕਰ ਰਿਹਾ ਵੀ ਤੂੰ ਇੱਥੋਂ ਬਾਹਰ ਨਹੀਂ ਜਾ ਸਕਦਾ। ਅਤੇ ਜਿਹੜਾ ਬੰਦਾ ਲਾਅ ਐਂਡ ਆਰਡਰ ਨੂੰ ਮੰਨਦਾ ਹੈ, ਉਹਦੀ ਬਾਹਰੋਂ ਦਿੱਖ ਹੋਰ ਹੋਵੇ ਅਤੇ ਅੰਦਰੋਂ ਹੋਰ ਹੋਵੇ, ਉਹ ਹੋ ਨਹੀਂ ਸਕਦਾ ਵੀ ਉੱਥੇ ਜਾ ਕੇ ਉਹ ਕਿਸਾਨਾਂ ਦੇ ਵਿਰੁੱਧ ਨਾਰਾ ਮਾਰ ਆਵੇ ਅਤੇ ਪੰਜਾਬ 'ਚ ਆ ਕੇ ਆਖੇ ਅਸੀਂ ਕਿਸਾਨ ਹਤੈਸ਼ੀ ਹਾਂ, ਅਸੀਂ ਅਸਤੀਫਾ ਦਿੰਦੇ ਹਾਂ ਆਪਣੇ ਅਹੁਦਿਆਂ ਤੋਂ, ਅਤੇ ਅੱਜ ਫਿਰ ਉਹ ਜਾ ਕੇ ਉੱਥੇ ਲੋਕ ਸਭਾ 'ਚ ਭਾਸ਼ਣ ਦਿੰਦੇ ਹੋਣ? ਇਹੋ ਜਿਹੇ ਬਸ਼ਰਮਾ ਦਾ ਮਨ ਤਾਂ ਤੁਹਾਡੇ ਸਾਹਮਣੇ ਆ ਵੀ ਦੋਗਲੇ ਬੰਦੇ ਨੇ ਜੀ। ਬਾਤ ਵੋ ਕਰਤੇ ਹੈ ਜਿਸਕੇ 100 ਪਹਿਲੂ ਹੋਂ, ਕਿਉਂਕਿ ਬਾਤ ਬਦਲਨੇ ਕੇ ਲੀਏ ਕੋਈ ਤੋਂ ਹੋਗਾ। ਇਹਨਾਂ ਦਾ ਉਹ ਕੰਮ ਹੈ, ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇਂ ਵੀ ਜਾਤੇ ਹੈ, ਖੁਦਾ ਵੀ ਰਾਜੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਇਹ ਉਹ ਲੋਕ ਨੇ, ਇਸ ਲਈ ਦੋਗਲਿਆਂ ਦਾ ਕੋਈ ਧਰਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਰਾਜ ਨਹੀਂ। ਸਵਾਲ ਇੱਕ ਆਖਰੀ ਸਵਾਲ ਉਹ ਅਹਿਮ ਇਸ ਕਰਕੇ ਹੋ ਜਾਂਦਾ ਜਦੋਂ ਕੋਈ ਵੱਖਰੀ ਗੱਲ ਕਰਦਾ ਜਾਂ ਵੱਖਰੀ ਲਕੀਰ ਖਿੱਚਣ ਦੀ ਕੋਸ਼ਿਸ਼ ਕਰਦਾ, ਉਸ ਨੂੰ ਇੱਕ ਤਾਂ ਲੋਕ ਪ੍ਰਵਾਨ ਵੀ ਛੇਤੀ ਕਰਦੇ ਆ, ਅਤੇ ਕੁਝ ਇੱਕ ਸੈਕਸ਼ਨ ਹੁੰਦਾ ਕਹਿੰਦਾ ਇਹ ਏਜੰਸੀਆਂ ਇਹਦੇ ਪਿੱਛੇ ਕੰਮ ਕਰਦੀਆਂ। ਇੱਕ ਏਜੰਸੀਆਂ ਸ਼ਬਦ ਬੜਾ ਆਮ ਹੋ ਗਿਆ ਪੰਜਾਬ ਦੇ ਅੰਦਰ, ਉਹਨੂੰ ਕਹਿੰਦੇ ਕਿ ਇਹਨੂੰ ਕੋਈ ਨਾ ਕੋਈ ਚਲਾ ਰਿਹਾ ਹੋਊਗਾ। ਤੁਸੀਂ ਇਹ ਏਜੰਸੀਆਂ ਦਾ ਦਖਲ ਜਾਂ ਪੰਜਾਬ ਦੇ ਅੰਦਰ ਜਾਂ ਸਿੱਖ ਸਿਆਸਤ ਦੇ ਅੰਦਰ ਸਮਝਦੇ ਹੋ ਕਿ ਦਖਲ ਹੋ ਰਿਹਾ? ਦਖਲ ਏਜੰਸੀਆਂ ਦਾ ਬਾਦਲ ਕਿਆਂ ਨੇ ਕਰਵਾਇਆ, ਜਿਨ੍ਹਾਂ ਨੇ ਗੁਰੂ ਦੀਆਂ ਗੋਲਕਾਂ ਅਤੇ ਚੌਧਰ ਦੇ ਪਿੱਛੇ ਸ਼੍ਰੋਮਣੀ ਕਮੇਟੀ ਦੇ 4-5 ਟੁਕੜੇ ਕਰਵਾ ਦਿੱਤੇ ਆ। ਪਾਕਿਸਤਾਨ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਅਤੇ ਪੰਜਾਬ ਕਮੇਟੀ, ਆਹ ਸਿੱਧਾ ਦਖਲ ਹੈ। ਫਿਰ ਇੰਨੇ ਸਾਲਾਂ ਤੋਂ ਚੋਣ ਹੋਈ ਨਹੀਂ, ਕਹਿਣ ਨੂੰ BJP ਅਤੇ ਬਾਦਲ ਕੇ ਵੱਖ ਨੇ, ਪਰ ਅੰਦਰ ਰਲੀਆਂ ਚੁਗਦੀਆਂ ਨੇ ਕਿ ਲਮਸਮ ਮੈਂਬਰ ਅਜੇ ਵੀ ਉੱਥੇ, ਚੋਰ ਮੈਂਬਰ। ਤੁਸੀਂ ਜਿਹੜੀਆਂ ਕਮੇਟੀਆਂ ਦੀ ਗੱਲ ਕੀਤੀ ਹੈ ਕਿ ਵੱਖ ਵੱਖ ਬਣ ਗਈਆਂ, ਇਸ ਗੱਲ ਨੂੰ ਲੈ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪ ਫਿਕਰ 'ਚ ਹੈ, ਉਹ ਬੜੀਆਂ ਥਾਵਾਂ ਦੇ ਉੱਤੇ ਜ਼ਿਕਰ ਕਰ ਚੁੱਕੇ ਆ, ਕਹਿੰਦੇ ਸਾਡੇ ਤੋਂ ਖੋਹ ਕੇ ਲੈ ਜਾ ਰਹੇ ਆ ਪੰਜਾਬੀ, ਉਹ ਆਪਾਂ ਸਾਰਿਆਂ ਨੇ ਦਿੱਲੀ ਦੇ ਖਿਲਾਫ਼ ਲੜਾਈ ਲੜਨੀ ਹੈ, ਖੇਤਰੀ ਪਾਰਟੀ। ਆਪ ਖੋਹ ਕੇ ਦਿੱਲੀ ਨੂੰ ਦੇ ਦਿੱਤੀ ਸ਼੍ਰੋਮਣੀ ਕਮੇਟੀ, ਐਡੇ ਵੱਡੇ ਤੁਸੀਂ ਗੁਨਾਹਗਾਰ ਬਣ ਗਏ ਹੋ, 4 ਟੁਕੜੇ ਕਰਵਾ ਦਿੱਤੇ ਨੇ, ਕਹਿਣ ਨੂੰ ਤੁਸੀਂ ਐਡਵੋਕੇਟ ਹੋ, ਤੁਹਾਡੀ ਅਕਲ ਦਾ ਜਨਾਜ਼ਾ ਨਿਕਲਿਆ ਹੋਇਆ ਆ, ਤੁਸੀਂ ਕਿੱਦਾਂ ਕਹਿ ਸਕਦੇ ਹੋ? ਏਜੰਸੀਆਂ ਨੇ ਕੰਮ ਇਹਨਾਂ ਦੇ ਥਰੂ ਕੀਤਾ ਹੈ, ਜਿਨ੍ਹਾਂ ਨੇ ਗੁਰਦੁਆਰੇ ਮੰਦਰ ਬਣਵਾ ਦਿੱਤੇ, ਬੋਲੇ ਤੱਕ ਨਹੀਂ, ਗੁਰਦੁਆਰਿਆਂ ਨੂੰ ਚੋਣਾਂ 'ਚ ਫਸਾ ਕੇ ਅਤੇ ਲਮਸਮ ਚੋਰ ਮੈਂਬਰ ਉੱਤੇ ਬਿਠਾਏ ਹੋਏ ਆ, ਜਿਹੜੇ ਮਨ ਮਰਜ਼ੀਆਂ ਨਾਲ ਉੱਥੇ ਬਜਟ ਪਾਸ ਕਰਦੇ ਆ ਅਤੇ ਫੈਸਲੇ ਲੈ ਰਹੇ ਆ, ਪਰ ਸਿੱਖ ਉੱਥੇ ਕੱਖ ਨਹੀਂ ਕਰ ਸਕਦੇ। ਐਂ ਜਲੀਲ ਹੋ ਕੇ ਅਤੇ ਕਮਜ਼ੋਰ
ਅਤੇ ਬਿਲਕੁਲ ਲਵਾਰਸਾਂ ਦੀ ਤਰ੍ਹਾਂ ਇੱਕ ਬਹਿ ਕੇ ਆਪਣਾ ਜਨਾਜ਼ਾ ਨਿਕਲਦਾ ਵੇਖ ਰਿਹਾ। ਇਹ ਜ਼ਿੰਮੇਵਾਰ ਨੇ। ਔਰ ਜਿੱਥੋਂ ਤੱਕ ਨਵੀਂ ਗੱਲ ਕਰਦੇ ਹੋ, ਕਾਂਗਰਸ ਆਈ, ਕਾਂਗਰਸ ਤੋਂ ਬਾਅਦ ਕਹਿੰਦੇ ਵੀ ਉਹ ਚੋਰ ਹੈ, ਬੀਜੇਪੀ ਆ ਗਈ, ਬੀਜੇਪੀ ਵਾਲਿਆਂ ਨੂੰ ਚੋਰ ਕਹਿ ਕੇ ਆਮ ਆਦਮੀ ਪਾਰਟੀ ਆ ਗਈ, ਕਾਂਗਰਸ ਤੋਂ ਇੱਕ ਅਕਾਲੀ ਆ ਕੇ ਚਲੇ ਗਏ। ਉੱਥੇ ਕੋਈ ਏਜੰਸੀ ਨਹੀਂ ਅਤੇ ਕੋਈ ਵੋਟ ਨਹੀਂ ਵੰਡੀ ਜਾਂਦੀ, ਅਤੇ ਜਦੋਂ ਕੋਈ ਨਵਾਂ ਸਾਡੇ ਵਰਗਾ ਉੱਠੇ ਉਦੋਂ ਏਜੰਸੀਆਂ ਅਤੇ ਉਦੋਂ ਵੋਟਾਂ ਵੰਡੀਆਂ ਗਈਆਂ। ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਅਕਸਰ ਸ਼ਬਦਾਂ ਦਾ ਜਾਲ ਵਿਛਾ ਕੇ ਗੰਦੀ ਰਾਜਨੀਤੀ ਕਰਦੇ ਆ, ਸੁਚੇਤ ਹੋਣ ਦੀ ਲੋੜ ਹੈ। ਪਰ ਅੱਜ ਜੇ ਤੁਹਾਡੇ ਵਰਗੇ ਭਰਾ ਤਹੱਈਆ ਕਰ ਲੈਣ ਪੱਤਰਕਾਰ, ਤਾਂ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਬੋਰੀਆ ਬਿਸਤਰਾ ਗੋਲ ਹੁੰਦਿਆਂ ਸਮਾਂ ਲੱਗੂ। ਬੜੀ ਛੇਤੀ ਬਦਲਾਅ ਦਾ ਬਦਲ ਪੰਜਾਬ ਮੁੜ ਦੇ ਸਕਦਾ ਹੈ। ਇੱਕ ਅਪ੍ਰੈਲ ਨੂੰ ਅਸੀਂ ਅਰਦਾਸ ਕੀਤੀ ਸੀ ਕਰਤਾਰਪੁਰੀ ਮਾਡਲ ਅਨੁਸਾਰ ਆਓ ਸਿਰਜੀਏ ਨਵਾਂ ਪੰਜਾਬ, ਅਤੇ ਉਸ ਦੇ ਤਹਿਤ ਅੱਜ ਬੇਨਤੀ ਕਰਦੇ ਹਾਂ ਵੀ ਇਹ ਬਹੁਤ ਪਿੱਟਣਗੇ ਕੁਰਲਾਉਣਗੇ, ਇਹਨਾਂ ਦੀ ਪਰਵਾਹ ਨਾ ਹੁਣ ਕਰਿਓ, ਹੁਣ ਪੰਜਾਬ ਮਿਸ਼ਨ ਨੂੰ ਮੁੱਖ ਰੱਖਿਓ। ਬਹੁਤ ਸ਼ੁਕਰੀਆ ਜੀ। ਇਸ ਨਾਲ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਇਹਨਾਂ ਨੇ ਸਿਆਸੀ ਤੌਰ 'ਤੇ ਇੱਕ ਬਹੁਤ ਵੱਡਾ ਫੈਸਲਾ ਲਿਆ। ਫੈਸਲਾ ਲੈਣ ਤੋਂ ਬਾਅਦ ਲੋਕ ਕਿੰਨਾ ਹੁੰਗਾਰਾ ਦਿੰਦੇ ਆ, ਇਹ ਤਾਂ 4 ਤਰੀਕ ਨੂੰ ਸਭ ਦੇ ਸਾਹਮਣੇ ਹੋਵੇਗਾ। ਪਰ ਇਹ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਚੋਣ ਲੜਨ ਜਾ ਰਹੇ ਨੇ, ਜਿਸ ਦੇ ਵਿੱਚ ਇਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਇਹਨਾਂ ਦਾ ਕਹਿਣਾ ਕਿ ਸਾਡੀ ਜਥੇਬੰਦੀ, ਸਾਡੇ ਸਹਿਯੋਗੀ ਦੱਸਣਗੇ ਕਿ ਕੀ ਕਰਨਾ। ਫਿਲਹਾਲ ਸਾਰੀਆਂ ਗੱਲਾਂ ਰੱਖੀਆਂ ਨੇ, ਤੁਸੀਂ ਕਿਹੜੀ ਗੱਲ ਨਾਲ ਇਤਫਾਕ ਰੱਖਦੇ ਹੋ, ਕਿਸ ਨਾਲ ਸਹਿਮਤੀ ਰੱਖਦੇ ਹੋ, ਕਿਸ ਨਾਲ ਅਸਹਿਮਤੀ, ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਹਲਕਾ ਅੰਮ੍ਰਿਤਸਰ।